ਤੁਸੀਂ ਸਿੰਗਲ ਹੋ? ਤੇ ਹਾਂਜੀ ਮੈਂ ਸਿੰਗਲ ਹਾਂ। ਤੇ ਉਹਦਾ ਰੀਜ਼ਨ ਕੀ ਹੈ ਸਿੰਗਲ ਹੋਣ ਦਾ ਇਹ ਵੀ ਦੱਸ ਦਿੰਦਾ ਵਾ। ਕ੍ਰਸ਼ ਕ੍ਰਸ਼ ਵੀ ਤੁਹਾਨੂੰ ਅੱਜ ਦੱਸ ਹੀ ਦਿੰਦੇ ਹਾਂ। ਸੋ ਮੈਂ ਕਿਸੇ ਨੂੰ, ਮੇਰੇ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਤੁਸੀਂ ਕਨੇਡਾ ਕਦੋਂ ਜਾਣਾ। ਤੇ ਕਨੇਡਾ ਸਾਰਿਆਂ ਦਾ ਵੈਲਕਮ ਬੈਕ ਟੂ ਅਵਰ ਚੈਨਲ। ਹੋਪ ਸਾਰੇ ਨੇ ਘੈਂਟ ਹੋ ਗਏ। ਅੱਜ ਆਪਾਂ ਫਿਰ ਤੋਂ ਲੈ ਗਏ ਹਾਂ ਨਵਾਂ ਵਲੋਗ। ਅੱਜ ਦੇ ਵਲੋਗ ਦੇ ਵਿੱਚ ਆਪਾਂ ਤੁਹਾਡੇ ਸਵਾਲਾਂ ਦੇ ਆਂਸਰ ਦੇਵਾਂਗੇ ਜਿਹੜੇ ਤੁਸੀਂ ਉਹਨੂੰ ਇੰਸਟਾਗ੍ਰਾਮ 'ਤੇ ਪੁੱਛੇ ਸੀ। ਅਤੇ ਸ਼ੁਰੂ ਕਰਦੇ ਹਾਂ। ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮੇਨ ਸਵਾਲ ਪੁੱਛਣ ਵਾਲੇ ਆ, ਤਿੰਨ ਸਵਾਲ ਹੈਗੇ ਆ। ਇੱਕ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕੀ ਕਹਿੰਦੇ ਆ, ਕੀ ਮੈਨੂੰ ਆਪ ਜ਼ਿਆਦਾ ਭੁੱਲ ਗਏ, ਤੂੰ ਮੇਰਾ ਪੁੱਤਰ ਛੁੱਟੀ ਕਰ ਚੱਲ। ਇੱਕ ਇਹ ਕਿ ਤੁਸੀਂ ਮੈਰਿਜ ਕਦੋਂ ਕਰਾਉਣੀ ਆ ਅਤੇ ਸਹੇਲੀ ਬਾਰੇ ਦੱਸੋ। ਠੀਕ ਆ, ਇਹਦਾ ਸਵਾਲ ਵੀ ਆਪਾਂ ਦੇ ਦਾਂਗੇ। ਆਪਾਂ ਸਿੰਗਲ ਕਿਉਂ ਆ ਅਤੇ ਮੈਰਿਜ ਵੀ ਕਿਉਂ ਨਹੀਂ ਕਰਾਉਂਦਾ ਪਿਆ ਮੈਂ ਅਜੇ। ਅਤੇ ਦੂਜਾ ਕ੍ਰਸ਼, ਅਤੇ ਅੱਜ ਪਹਿਲੀ ਵਾਰੀ ਮੈਂ ਆਪਣਾ ਕ੍ਰਸ਼ ਵੀ ਦੱਸ ਦੂੰਗਾ ਇੱਥੇ, ਮੇਰਾ ਕ੍ਰਸ਼ ਕਿਹੜਾ ਵਾ, ਕੌਣ ਵਾ। ਉਹ ਵੀ ਕੋਈ ਇੱਦਾਂ ਨਹੀਂ ਕਿ ਸੈਲੀਬ੍ਰਿਟੀ ਵਗੈਰਾ, ਕੋਈ ਨੋਰਮਲ ਤੁਹਾਨੂੰ ਦੱਸੂੰਗਾ ਕਿ ਡੇਲੀ ਲਾਈਫ ਦੇ ਵਿੱਚ ਜਿੱਦਾਂ ਆਪਾਂ ਨੋਰਮਲੀ ਕੋਈ ਹੁੰਦਾ ਵਾ ਕ੍ਰਸ਼, ਉਹ ਕੌਣ ਵਾ ਅੱਜ ਮੈਂ ਉਹ ਵੀ ਦੱਸੂੰਗਾ। ਅਤੇ ਤੀਜਾ ਸਵਾਲ ਜਿਹੜਾ ਸਭ ਤੋਂ ਜ਼ਿਆਦਾ ਲੋਕਾਂ ਨੇ ਪੁੱਛਿਆ ਵਾ ਕਿ ਤੁਸੀਂ ਲਵਲੀ ਕੁਹਾਲੀ ਨੂੰ ਅੱਜ ਕੱਲ੍ਹ ਵੀਡੀਓ ਦੇ ਵਿੱਚ ਕਿਉਂ ਨਹੀਂ ਲਾਈਕ ਹੁੰਦੇ? ਮੈਨੂੰ ਵਾਰ ਵਾਰ ਪੁੱਛਦੇ ਦੋ ਤਿੰਨ ਜਾਣੇ। ਪਿਛਲੀ ਵਾਰੀ ਮੈਂ ਅਵੋਇਡ ਕੀਤਾ ਸੀ ਉਹਦਾ ਕੁਛ, ਬਟ ਇਸ ਵਾਰ ਵੀ ਉਹਨੂੰ ਆਇਆ ਵਾ, ਤਾਂ ਚਲੋ ਆਪਾਂ ਉਹਦਾ ਵੀ ਜਵਾਬ ਦੇਵਾਂਗੇ। ਹੁਣ ਆਪਾਂ ਸਟਾਰਟ ਕਰਦੇ ਹਾਂ ਵੀਡੀਓ। ਆ ਤਿੰਨੇ ਆਂਸਰ ਕੁਸ਼ਚਨਾਂ ਦੇ ਆਂਸਰ ਆਪਾਂ ਦੇਵਾਂਗੇ ਐਂਡ 'ਤੇ। ਹੁਣ ਪਹਿਲਾਂ ਆਪਾਂ ਆਈਏ ਨੋਰਮਲ ਕੁਸ਼ਚਨਾਂ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਕੁਸ਼ਚਨ ਆ, ਤੁਸੀਂ ਅੰਮ੍ਰਿਤਸਰ 'ਚ ਕਿੱਥੇ ਰਹਿੰਦੇ ਹੋ? ਮੈਂ ਰਹਿੰਦਾ ਵਾਂ ਸੁਲਤਾਨਮਿੰਟ ਰੋਡ ਵਾਲੀ ਸਾਈਡ। ਤੁਸੀਂ ਕਿਹੜੇ ਨੂੰ ਪੁੱਛ ਲਓ, ਮੇਨ ਰੋਡ ਹੈਗੀ ਆ ਜਿਹੜੀ ਗੋਲਡਨ ਟੈਂਪਲ ਅਤੇ ਹਿੰਦ ਸਾਹਿਬ ਨੂੰ ਜਾਂਦੀ ਹੈ। ਇਹ ਤੁਸੀਂ ਕਨੇਡਾ ਕਦੋਂ ਜਾਣਾ? ਅਤੇ ਕਨੇਡਾ ਜਾਣ ਨੂੰ ਜੀ ਵੀ ਕਰਦਾ ਵਾ ਅਤੇ ਨਹੀਂ ਵੀ, ਪਰ ਹਜੇ ਐਜ਼ ਇਟ ਇਜ਼ ਕੋਈ ਪਲੈਨ ਨਹੀਂ ਹੈਗਾ ਕਿ ਕਨੇਡਾ ਜਾਣ ਦਾ। ਹਜੇ ਸੋਚਣ ਨਹੀਂ ਆ ਕਿ ਸ਼ਾਇਦ ਜਾਈਏ, ਬਟ ਬਾਕੀ ਹਜੇ ਪਲੈਨ ਪਲੂਨ ਕੋਈ ਨਹੀਂ ਹੈਗਾ। ਕਿਉਂਕਿ ਇੱਥੇ ਵੀ ਮੇਰਾ ਹੁੰਦਾ ਵਾ ਕਿ ਸਰਕਲ ਵਗੈਰਾ ਚੰਗਾ ਵਾ, ਸੋ ਮੈਨੂੰ ਹੁੰਦਾ ਵਾ ਮੈਂ ਇੱਥੇ ਰਹਾਂ। ਅਤੇ ਬਾਕੀ ਵੇਖਦੇ ਹਾਂ ਕਿਸਮਤ 'ਚ ਕੀ ਲਿਖਿਆ, ਕਦੋਂ ਨਿਕਲਦੇ ਆ, ਕਿੱਥੇ ਨਿਕਲਦੇ ਆ। ਅਤੇ ਅੱਗੇ ਲਏ ਇੱਕ ਹੋਰ ਭਾਈ ਨੇ ਸਵਾਲ ਪੁੱਛਿਆ ਵਾ ਕਿ ਤੁਸੀਂ ਕਨੇਡਾ ਨਹੀਂ ਆਸਟ੍ਰੇਲੀਆ ਆਓਗੇ? ਇਹ ਤਾਂ ਹੁਣ ਰੱਬ ਹੀ ਜਾਣਦਾ ਮੈਂ ਕਿੱਧਰ ਜਾਊਂਗਾ। ਮੈਨੂੰ ਜ਼ਿਆਦਾ ਮੈਨੂੰ ਦੁਬਈ ਤੋਂ ਵੀ ਨਹੀਂ ਜਾਣਾ ਪਏ ਜੋ ਹਾਲਾਤ ਵਾ। ਚਲੋ ਕੋਈ ਗੱਲ ਨਹੀਂ, ਹੋਪ ਸੋ ਕਨੇਡਾ ਜਾਂ ਆਸਟ੍ਰੇਲੀਆ ਕਿਤੇ ਨਾ ਕਿਤੇ ਜਾਵਾਂਗੇ। ਆ ਬਾਈ ਤੁਹਾਡਾ ਨੇਚਰ ਬਹੁਤ ਵਧੀਆ, ਤੁਹਾਡਾ ਬਹੁਤ ਬਹੁਤ ਥੈਂਕ ਯੂ ਆ। ਤੁਹਾਡਾ ਨੇਚਰ ਮੇਰਾ ਹੈਗਾ ਹੀ ਇੱਦਾਂ ਦਾ ਵਾ, ਹਾਸਮੁਖੀ ਆ, ਹੱਸਦੇ ਖੇਡਦੇ ਰਹੀਦਾ ਵਾ। ਵੀਰੇ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦੇ ਹੋ? ਪਿਆਰ ਮੇਰਾ ਐਜ਼ ਇਟ ਇਜ਼ ਇੱਕ ਪਰਟੀਕੁਲਰ ਬੰਦੇ ਵਾਸਤੇ ਨਹੀਂ ਆ, ਮੇਰੀ ਫੈਮਿਲੀ ਆ ਜੋ ਮੇਰੇ ਨਾਲ ਹੁੰਦੇ ਆ, ਮੈਂ ਉਹਨਾਂ ਸਾਰਿਆਂ ਨੂੰ ਓਨਾ ਹੀ ਪਿਆਰ ਕਰਦਾ ਵਾਂ। ਮੇਰੇ ਫਾਦਰ ਹੋ ਗਏ, ਆਪਣੀ ਬਾਹਰ ਫੈਮਿਲੀ ਆ ਮੇਰੀ, ਸ਼ਿਵਮ ਜਿਹੜੇ ਵੀਡੀਓ ਬਣਾ ਰਹੇ ਨੇ, ਏਂਜਲ ਵਾ, ਅਤੇ ਅਨਿਲ ਸਰ, ਦੀਦੀ ਹੋਣੀ, ਸੁਨੇਹਾ ਹੋਣੀ, ਇਹ ਸਾਰੀ ਮੇਰੀ ਫੈਮਿਲੀ ਆ। ਮੈਂ ਤੁਹਾਨੂੰ ਪ੍ਰੋਪਰ ਓਨਾ ਹੀ ਪਿਆਰ ਕਰਦਾ ਜਿੰਨਾ ਮੈਂ ਘਰਦਿਆਂ ਨੂੰ ਆਪਣੇ ਪਿਆਰ ਕਰਦਾ ਹੋਵਾਂ। ਸੋ ਮੈਂ ਸਾਰੇ ਇਹੀ ਮੇਰੀ ਫੈਮਿਲੀ ਆ, ਅਤੇ ਇਹਦੇ ਵਿੱਚ ਹੀ ਮੈਂ ਸਰਕਲ ਦੇ ਵਿੱਚ ਹੀ ਮੈਂ ਖੁਸ਼ ਹਾਂ ਬਹੁਤ। ਤੁਸੀਂ ਵਾਰ ਵਾਰ ਆਪਣੀਆਂ ਮੁੱਛਾਂ ਕਿਉਂ ਸੈੱਟ ਕਰਦੇ ਹੋ? ਯਾਰ ਹੈਗੀਆਂ ਵਾ, ਤੁਹਾਨੂੰ ਬੰਦਾ ਸੈੱਟ ਵੀ ਨਾ ਕਰੇ, ਇਹ ਤਾਂ ਹੁਣ ਗਲਤ ਗੱਲ ਆ ਨਾ, ਇਹਨਾਂ ਦਾ ਕਰਨ ਦਿਆ ਕਰੋ। ਤੁਸੀਂ ਔਰ ਸ਼ਿਵਮ ਵੀਰ ਨੇ ਕਨੇਡਾ ਕਦੋਂ ਜਾਣਾ? ਠਾਕਰ ਦਾ ਮੇਰਾ ਤਾਂ ਅਜੇ ਪਤਾ ਨਹੀਂ, ਠਾਕਰ ਚੱਲ ਜੂਗਾ ਜਦੋਂ ਜਾਣਾ ਹੋਊਗਾ। ਠਾਕਰ ਵੈ ਕਦੋਂ ਜਾਣਾ ਪਤਾ ਨਹੀਂ ਹਲੇ, ਹਜੇ ਨਹੀਂ ਪਤਾ, ਹਜੇ ਨਹੀਂ ਪਤਾ। ਠਾਕਰ ਦਾ ਵੀ ਜੀ ਨਹੀਂ ਕਰਨਾ, ਠਾਕਰ ਕਹਿੰਦਾ ਇੱਥੇ ਵਧੀਆ ਵਾ, ਘੁੰਮੇ ਫਿਰੇ ਮੈਂ ਸਾਰਾ ਦਿਨ, ਲੰਮੇ ਪਏ ਰਹੋ, ਕੀ ਪਤਾ ਜਾ ਕੇ ਦਿਹਾੜੀਆਂ ਕਰਦੀਆਂ ਉੱਥੇ, ਉਹਦਾ ਕੰਨੀ ਇੱਥੇ ਪੋਚਾ ਮਾਰ ਉੱਥੇ ਪੋਚਾ ਮਾਰ। ਅਤੇ ਬਾਕੀ ਕੋਈ ਗੱਲ ਨਹੀਂ, ਦੱਸਦਾ ਨਹੀਂ ਕਦੋਂ ਜਾਵਾਂਗੇ, ਤੁਹਾਨੂੰ ਲੱਗ ਹੀ ਜਾਣਾ ਪਤਾ ਬਲੋਗਸ ਤੋਂ, ਹਜੇ ਤਾਂ ਵੈਸੇ ਕਿਸੇ ਦਾ ਵੀ ਨਹੀਂ ਸਿਸਟਮ। ਭਾਜੀ ਤੁਸੀਂ ਕਹਿਣਾ ਤਾਂ ਝੂਠ ਹੀ ਆ ਪਰ ਫਿਰ ਵੀ ਪੁੱਛ ਹੀ ਲੈਂਦੇ ਆ, ਮੈਂ ਫਿਰ ਵੀ ਪੁੱਛ ਲੈਂਦੇ ਜੀ ਐਫ ਹੈਗੀ ਆ ਤੁਹਾਡੀ? ਅੱਛਾ ਜੀ ਐਫ, ਜੀ ਐਫ ਜੀ ਐਫ ਗਰਲਫ੍ਰੈਂਡ? ਓਕੇ। ਅਤੇ ਨਹੀਂ ਨਹੀਂ ਯਾਰ ਝੂਠ ਨਹੀਂ ਮੈਂ ਬੋਲਦਾ, ਐਵੇਂ ਤੁਹਾਨੂੰ ਪਤਾ, ਤੁਸੀਂ ਕਿਸੇ ਨੂੰ ਵੀ ਪੁੱਛ ਲਿਓ, ਭਾਵੇਂ ਅੰਮ੍ਰਿਤਸਰ ਆ ਕੇ ਕਿਸੇ ਨੂੰ ਵੀ ਪੁੱਛ ਲਓ, ਕੋਈ ਵੀ ਗੱਲ ਹੋਵੇ ਨਾ ਕਿ ਹਾਂ ਇਹ ਬੰਦੇ ਦੀ ਫਲਾਣੀ ਨਾਲ ਦੀ ਹੈਗੀ ਆ, ਪਹਿਲੀ ਗੱਲ ਕਹਿੰਦਾ ਬੰਦਾ ਕੌਣ ਆ। ਹਾਂ ਪਹਿਲਾਂ ਉਹਨੇ ਪੁੱਛਣਾ ਮੈਂ ਕੌਣ ਆ, ਫਿਰ ਤੁਸੀਂ ਫੋਟੋ ਫੋਟੋ ਵਿਖਾਓਗੇ, ਫਿਰ ਅਗਲੇ ਕਹਿਣਗੇ ਨਹੀਂ ਮੈਂ ਨਹੀਂ ਵੇਖਿਆ ਭਾਜੀ, ਅਤੇ ਫਿਰ ਵੀ ਤੁਸੀਂ ਧੱਕੇ ਧੁੱਕੇ ਨਾਲ ਕਹੋਗੇ ਕਿ ਹਾਂ, ਕਿਉਂਕਿ ਚਲੋ ਵੇਖਿਆ ਵੀ ਉਹ ਪਤਾ ਕੁੜੀ ਨੇ ਕਦੀ ਨਹੀਂ ਵੇਖਿਆ। ਸੋ ਨਹੀਂ ਵੇਖਿਆ ਕੁੜੀ ਨਾ,
पुछना ते कुछ नहीं आ तुसी एंजल दी एंड शिवम साडे घर आए सी सुपने च शिवम दे रियल ब्रो तुसी रियल ही कह सकते आप भरावां वांग ही रहने हैं ते कुत्तियां वांग लड़दे हैं सही गल पर अपना ऐदां ही चलदा रहिंदा तुसी शिवम दे ਕਦੋਂ ਫਰੈਂਡ ਬਣੇ ਸੀ ਮੈਂ ਬਣਿਆ ਸੀ ਆਪਾਂ ਕਾਲਜ ਮਿਲਿਆ ਸੀ ਫਸਟ ਸਮੈਸਟਰ ਚ ਆਪਾਂ ਇੰਨਾ ਨਹੀਂ ਬੁਲਾਇਆ ਦੂਜੇ ਨੂੰ ਟਿਕਟੋਕ ਤੇ ਵੀਡੀਓ ਬਣਾਉਣ ਲੱਗ ਪਏ ਟਿਕਟੋਕ ਤੇ ਬਣਾਉਣੀ ਸਟਾਰਟ ਕੀਤੀ ਦੂਜੇ ਸਮੈਸਟਰ ਸਹੀ ਤਰੀਕੇ ਨਾਲ ਇੱਕ ਦੂਜੇ ਨੂੰ ਜਾਣਾ ਸ਼ੁਰੂ ਕੀਤਾ ਪਹਿਲੇ ਸਮੈਸਟਰ ਤਾਂ ਡਰਦਾ ਹਾਸੀ ਖੇਡੇ 'ਚ ਨਿਕਲ ਗਿਆ ਅਤੇ ਏਂਜਲ ਨੂੰ ਕਦੋਂ ਜਾਣਦੇ ਹੋ ਏਂਜਲ ਨੂੰ ਸੇਮ ਕਾਲਜ ਤੋਂ ਜਾਂਦਾ ਸਾਡਾ ਤੋਂ ਤੀਜਾ ਕੁ ਸਾਲ ਹੋਣਾ ਸੀ ਦੂਸਰੇ ਟ੍ਰੇਨਿੰਗ ਸੀ ਹਾਂ ਦੂਜੇ ਤੀਜਾ ਸਾਲ ਸੀ ਸਾਡਾ ਉਦੋਂ ਤੀਜੇ ਸਾਲ ਨਹੀਂ ਸੀ ਤੀਸਰਾ ਸਮੈਸਟਰ ਹੀ ਦੂਸਰਾ ਸਾਲ ਹੀ ਤੀਸਰੇ ਸਮੈਸਟਰ ਟ੍ਰੇਨਿੰਗ ਹੀ ਫੋਰਥ ਸਮੈਸਟਰ ਤੋਂ ਜਾਂਦਾ ਹਾਂ ਕਾਲਜ ਹੀ ਸ਼ੁਰੂ ਮਿਲੇ ਦੂਸਰਾ ਸਾਲ ਹੀ ਲਾ ਲਓ ਏਂਜਲ ਨੇ ਕਦੋਂ ਆਣਾ ਇੰਡੀਆ ਹਾਲੇ ਦੇ ਨਹੀਂ ਮੁੜਦੇ ਯਾਰ ਹਾਲੇ ਦੇ ਹਜੇ ਤੇ ਗਈ ਆ ਵਿਚਾਰੀ ਸਾਧ ਲੈਣ ਤੋਂ ਉਹਨੂੰ ਇੰਨੇ ਹੀ ਕੰਮ ਅੱਜ ਰਵੇ ਉਸ ਤੋਂ ਬਾਅਦ ਜੇ ਫਿਰ ਆ ਜੇ ਆਊਗੀ ਪਰ ਹਜੇ ਨਹੀਂ ਆਰ ਯੂ ਸਿੰਗਲ ਔਰ ਨਾਟ ਯੂਅਰ ਗਰਲਫ੍ਰੈਂਡ ਇਹ ਸਭ ਬਾਅਦ 'ਚ ਬਿਗ ਫੈਨ ਆਫ ਯੂਅਰਸ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਏਜ ਕੀ ਆ ਏਜ ਮੇਰੀ ਹੈਗੀ ਆ 23 23 ਸਾਲ ਤਾਂ ਹੋ ਗਿਆ ਬਹੁਤ ਵੱਡਾ ਹੋ ਗਿਆ ਯਾਰ ਬਸ 2 ਸਾਲ ਰਹਿ ਗਏ ਕਾਹਦੇ ਵਿਆਹ ਕਹਿ ਦਿਓ ਬੰਦੇ ਵਿਆਹ ਨਾ ਹਾਂ ਇੰਨੇ ਸਾਲ ਤੱਕ ਰਹਿ ਜਾਂਦਾ ਬੰਦਾ ਨਹੀਂ ਯਾਰ ਐਡੀ ਛੇਤੀ ਨਹੀਂ ਕਰੋ ਹੁਣ ਟਾਈਮ ਆ ਗਿਆ ਵਾ ਜਿਹੜੇ ਕੁਸ਼ਚਨ ਜਿਹੜੇ ਰਿਪੀਟ ਹੋਏ ਆ ਬਾਰ ਬਾਰ ਕੋਈ ਮੈਨੂੰ ਘੱਟੋ ਘੱਟ ਵੀ 15 to 20 ਮੈਸੇਜ ਹੈਗੇ ਆ ਵਾਲੇ ਕਿ ਤੁਸੀਂ ਸਿੰਗਲ ਹੋ ਅਤੇ ਹਾਂਜੀ ਮੈਂ ਸਿੰਗਲ ਹਾਂ ਅਤੇ ਉਹਦਾ ਰੀਜ਼ਨ ਕੀ ਆ ਸਿੰਗਲ ਹੋਣ ਦਾ ਇਹ ਵੀ ਦੱਸ ਦਿੰਦਾ ਵਾ ਅੱਜ ਕਿ ਪਹਿਲੀ ਗੱਲ ਤਾਂ ਇਹ ਮੇਰਾ ਹਜੇ ਇਸ ਚੀਜ਼ ਵੱਲ ਇੰਟਰਸਟ ਨਹੀਂ ਹੈਗਾ ਕਿਉਂਕਿ ਮੈਂ ਇਹ ਹਾਲੇ ਬੜਾ ਕੁਛ ਸੋਚਿਆ ਪਿਆ ਵਾ ਕਰਨ ਲਈ ਹਜੇ ਕੋਈ ਕੀਤਾ ਹੀ ਨਹੀਂ ਆਪਾਂ ਇਹ ਤਾਂ ਸ਼ੁਰੂ ਹੀ ਹੋਏ ਹਾਂ ਅਤੇ ਇਸ ਕਰਕੇ ਹਜੇ ਪਹਿਲਾਂ ਧਿਆਨ ਵਾ ਆਪਣਾ ਕਰੀਅਰ ਬਣਾਉਣ ਦੇ ਵਿੱਚ ਪਹਿਲਾਂ ਉਹ ਚੀਜ਼ ਬਣਾਵਾਂਗੇ ਫਿਰ ਉਸ ਤੋਂ ਬਾਅਦ ਸੋਚਾਂਗੇ ਇਹ ਚੀਜ਼ਾਂ ਬਾਰੇ ਹਜੇ ਇਹ ਚੀਜ਼ਾਂ ਨੂੰ ਬਹੁਤ ਟਾਈਮ ਸਾਰੀ ਜ਼ਿੰਦਗੀ ਪਈ ਆ ਵਿਆਹ ਕਰਨ ਨੂੰ ਜਾਂ ਉਹ ਕਰਨ ਨੂੰ ਅਤੇ ਵਿਆਹ ਨਾ ਕਰਾਉਣ ਦਾ ਵੀ ਇਹੀ ਕਾਰਨ ਮੈਨੂੰ ਘਰਦੇ ਵੀ ਕਹਿੰਦੇ ਆ ਕਿ ਕਰਾ ਲਾ ਬਟ ਹਜੇ ਮੈਂ ਇਹੀ ਰੁਕਿਆ ਵਾ ਕਿ ਨਾ ਤਾਂ ਮੇਰੇ ਕੋਲ ਇੰਨੀਆਂ ਸੇਵਿੰਗਸ ਪਈਆਂ ਪਿੱਛੇ ਕਿ ਨਾ ਉਹਨੂੰ ਮੈਂ ਉਹਦਾ ਖਰਚਾ ਚੱਕ ਲੂੰਗਾ ਅਤੇ ਨਾ ਹੀ ਮੈਂ ਇੰਨਾ ਕਮਾਉਂਦਾ ਪਿਆ ਵਾਂ ਕਿ ਆਪਣਾ ਖਰਚਾ ਮੈਂ ਹਜੇ ਕੱਢਦਾ ਵਾਂ ਅਤੇ ਉਹਦਾ ਵਿਚਾਰੇ ਨੂੰ ਮੈਂ ਭੁੱਖੇ ਨੂੰ ਨਾ ਮਾਰਦਾ ਜਿਹੜੀ ਲੈ ਕੇ ਆਊਂਗਾ ਸੋ ਇਸ ਕਰਕੇ ਜਿਹੜੀ ਵੀ ਕੁੜੀ ਵਿਆਹ ਕਰਾ ਕੇ ਅਗਲੇ ਦੇ ਘਰ ਆਉਂਦੀ ਉਹਦੇ ਇੱਕ ਹੁੰਦੇ ਆ ਸੁਪਨੇ ਉਹ ਪੂਰੇ ਕਰਨਾ ਵੀ ਸਾਡਾ ਫਰਜ਼ ਹੁੰਦਾ ਅਤੇ ਉਹੀ ਮੇਨ ਚੀਜ਼ ਹੀ ਉਹ ਆ ਕਿ ਮੇਨ ਕਾਰਨ ਹੀ ਉਹ ਆ ਕਿ ਹਜੇ ਮੇਰੀ ਇੰਨੀ ਔਕਾਤ ਜਿਹਨੂੰ ਆਪਾਂ ਕਹਿ ਸਕਦੇ ਨਹੀਂ ਹੋਏ ਕਿ ਮੈਂ ਅਗਲੇ ਕਿਸੇ ਦੀ ਕੁੜੀ ਨੂੰ ਆਪਣੇ ਘਰੇ ਲਿਜਾ ਕੇ ਅਤੇ ਉਹਦੇ ਸੁਪਨੇ ਪੂਰੇ ਕਰ ਸਕਾਂ ਹਾਂ ਜਦੋਂ ਆਪਾਂ ਬਣਾਂਗੇ ਕੁਛ ਕਰਾਂਗੇ ਕੁਛ ਬਣ ਜਾਂਗੇ ਹਾਂ ਉਦੋਂ ਡੈਫੀਨੇਟਲੀ ਵਿਆਹ ਕਰਾਵਾਂਗੇ ਅਤੇ ਇੰਨਾ ਕੁ ਜਦੋਂ ਆਪਣੇ ਕੋਲ ਹੋਊਗਾ ਕਿ ਮੈਨੂੰ ਸੈਲਸ ਹੋਊਗਾ ਆਪਣੇ ਆਪ 'ਤੇ ਯਕੀਨ ਕਿ ਹਾਂ ਮੈਂ ਹੁਣ ਅਗਲੀ ਨੂੰ ਵੀ ਖੁਸ਼ ਰੱਖ ਸਕਦਾ ਉਦੋਂ ਆਪਾਂ ਵਿਆਹ ਕਰਾਉਣਾ ਹਜੇ ਆਪਣਾ ਵਿਆਹ ਦਾ ਕੋਈ ਸਿਸਟਮ ਨਹੀਂ ਅਤੇ ਦੂਜੀ ਗੱਲ ਇਹ ਕੁਸ਼ਚਨ ਦਾ ਕ੍ਰਸ਼ ਵੀ ਤੁਹਾਨੂੰ ਅੱਜ ਦੱਸ ਹੀ ਦਿੰਦੇ ਹਾਂ ਸੋ ਮੈਂ ਕਿਸੇ ਨੂੰ ਮੇਰੇ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਠਾਕਰ ਨੂੰ ਪਤਾ ਹੋਣਾ ਉਹਦੇ ਬਾਰੇ ਥੋੜ੍ਹਾ ਬਹੁਤਾ ਜਾਂ ਏਂਜਲ ਨੂੰ ਪਤਾ ਹੋਣਾ ਵਾ ਜਾਂ ਮੇਰੇ ਨਾਲ ਜਿਹੜੇ ਥੋੜ੍ਹੇ ਬਹੁਤੇ ਰਹਿੰਦੇ ਉਹਨਾਂ ਨੂੰ ਬਾਕੀ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੋ ਕ੍ਰਸ਼ ਇੱਕ ਹੈਗਾ ਮੇਰਾ ਛੋਟੇ ਹੁੰਦੇ ਤੋਂ ਹੈਗਾ ਨਹੀਂ ਹੈਗੀ ਹੈਗੀ ਕੋਈ ਜੈਂਡਰ ਨਾ ਪਤਾ ਜੀ ਤੂੰ ਵੀ ਬਦਲਿਆ ਮੈਂ ਵੀ ਬਦਲਿਆ ਚੱਲ ਸੋਰੀ ਕ੍ਰਸ਼ ਹੈਗੀ ਆ ਇੱਕ ਲਾਈਕ ਸਕੂਲ ਟਾਈਮ ਤੋਂ ਹੀ ਆ ਇੱਕ ਹੈਗੀ ਆ ਮਤਲਬ ਲਾਗੇ ਰਹਿੰਦੀ ਹੈ ਮੇਰੇ ਘਰ ਦੇ ਲਾਗੇ ਵੀ ਨਹੀਂ ਥੋੜ੍ਹਾ ਦੂਰ ਹੀ ਆ ਮਤਲਬ ਇਹ ਆ ਕਿ ਉਸ ਏਰੀਆ ਦੇ ਵਿੱਚ ਹੀ ਰਹਿੰਦੀ ਆ ਕੁੜੀ ਅਤੇ ਮੈਨੂੰ ਠੀਕ ਆ ਆਪਣੀ ਥੋੜ੍ਹੀ ਵਧੀਆ ਬੋਲਚਾਲ ਹੈਗਾ ਵਾ ਸਾਡਾ ਐਡੀ ਗੱਲ ਵੀ ਨਹੀਂ ਕਿ ਬੋਲਚਾਲ ਵੀ ਨਹੀਂ ਆਪਣਾ ਬੋਲਚਾਲ ਵੀ ਹੈਗਾ ਵਾ ਆਪਾਂ ਗੱਲ ਵੀ ਕਰਦੇ ਹਾਂ ਪਰ ਇੰਨੀ ਜ਼ਿਆਦਾ ਨਹੀਂ ਕਦੀ ਕਦੀ ਹੈਲੋ ਹਾਏ ਆ ਬਸ ਅਤੇ ਹਾਂ ਉਹਦੇ 'ਤੇ ਮੇਰਾ ਥੋੜ੍ਹਾ ਥੋੜ੍ਹਾ ਕ੍ਰਸ਼ ਹੈਗਾ ਵਾ
ਪਰ ਇੱਦਾਂ ਨਹੀਂ ਆ ਕਿ ਮੈਂ ਉਹਨੂੰ ਗਾਂ ਅੱਗੇ ਜਾ ਕੇ ਪ੍ਰਪੋਜ਼ ਕਰੂੰਗਾ ਜਾਂ ਕੁਛ ਇੱਦਾਂ ਦੀ ਗੱਲ ਕਰੂੰਗਾ, ਇੱਦਾਂ ਨਹੀਂ ਹੈ। ਜਸਟ ਇੱਕ ਆ ਕਿ ਅਟਰੈਕਸ਼ਨ ਵਾ ਉਹ ਕਿ ਚੰਗੀ ਲੱਗਦੀ ਹੈ ਵੇਖਣ ਦੇ ਵਿੱਚ, ਅਤੇ ਹਾਂ ਉਹ ਆ। ਅਤੇ ਦੂਜੀ ਗੱਲ ਉਹਦਾ ਕੋਈ ਸੋਸ਼ਲ ਮੀਡੀਆ ਨਾਲ ਕੋਈ ਵੀ ਲਿੰਕ ਨਹੀਂ, ਐਵੇਂ ਤੁਸੀਂ ਕਿਸੇ ਨਾ ਕਿਸੇ ਨੂੰ ਕਿਸੇ ਦੇ ਨਾਲ ਜੋੜ ਦੋਗੇ। ਇਸ ਤੋਂ ਪਹਿਲਾਂ ਮੈਂ ਦੱਸਦਾ ਨਾ ਉਹਦਾ ਕੋਈ ਸੋਸ਼ਲ ਮੀਡੀਆ 'ਤੇ ਹੈ, ਨਾ ਉਹ ਸੋਸ਼ਲ ਮੀਡੀਆ 'ਤੇ ਹੈਗੀ ਹੈ, ਨਾ ਉਹ ਚਲਾਉਂਦੀ ਹੈ, ਨਾ ਕੁਛ ਕੋਈ ਇੱਦਾਂ ਦੀ ਚੀਜ਼ ਹੈਗੀ ਹੈ। ਬਸ ਇੱਕ ਆ ਕਿ ਉਹਦੇ ਨਾਲ ਥੋੜ੍ਹੀ ਜਿਹੀ ਅਟਰੈਕਸ਼ਨ ਹੈਗੀ ਆ, ਵੇਖ ਚੰਗੀ ਲੱਗਦੀ ਆ, ਗੱਲ ਕਰਨਾ ਵਧੀਆ ਲੱਗਦਾ, ਟਾਈਮ ਸਪੈਂਡ ਕਰਨਾ ਵਧੀਆ ਲੱਗਦਾ। ਅਤੇ ਹਾਂ ਥੋੜ੍ਹਾ ਬਹੁਤ ਆਪਾਂ ਕਹਿ ਸਕਦੇ ਕ੍ਰੈਸ਼ ਵੀ ਹੈਗਾ। ਹੁਣ ਇਹ ਵੀਡੀਓ ਪਾਉਣ ਤੋਂ ਬਾਅਦ ਜਿਹੜੇ ਮੈਨੂੰ ਘਰੋਂ ਗਾਲਾਂ ਪੈਣੀਆਂ ਦੇ ਛਿੱਤਰ ਪੈਣੇ ਆ, ਉਹ ਵੀ ਮੈਨੂੰ ਝੇਲਣੇ ਪੈਣੇ ਆ, ਉਹ ਵੀ ਪਾਪਾ ਜੀ ਹੁਣੇ ਵੀ ਵੇਖਦੇ ਨੇ ਐਂ ਕਰਕੇ ਫੋਨ। ਸੋ ਸੋਰੀ, ਪਹਿਲਾਂ ਹੀ ਕਹਿੰਦਾ ਮੈਂ ਛਿੱਤਰ ਨਹੀਂ ਕਰ ਸਕਦਾ। ਅਤੇ ਅਗਲਾ ਕੁਸ਼ਚਨ, ਲਾਸਟ ਕੁਸ਼ਚਨ ਜਿਹੜਾ ਵਾ ਉਹ ਆ ਕਿ ਲਵਲੀ ਕੁਹਾੜੀ ਦਾ ਵੀਡੀਓ ਤੁਸੀਂ ਕਿਉਂ ਨਹੀਂ ਬਣਾਉਂਦੇ? ਸਭ ਤੋਂ ਬੜੀ ਜਾਰੀ ਪੁੱਛੇ ਗਏ ਮੇਰੇ ਤੋਂ ਵਲੋਗ ਦੇ ਵਿੱਚ ਵੀ, ਮੈਨੂੰ ਕੁਸ਼ਚਨ ਪੁੱਛਣਾ, ਅੱਜ ਮੈਂ ਦੋਵੇਂ ਆਂਸਰ ਦੇ ਦਿੰਦਾ। ਏਡਾ ਕੋਈ ਜਲ ਨਹੀਂ, ਆਪਣੀ ਕੋਈ ਲੜਾਈ ਲੜੂਈ ਨਹੀਂ ਹੋਈ, ਕੋਈ ਇੱਦਾਂ ਦੇ ਚੱਕਰ ਨਹੀਂ ਆ। ਬਸ ਇੱਦਾਂ ਵਾ ਕਿ ਨਾ ਉਹਦੇ ਕੋਲ ਟਾਈਮ ਹੁੰਦਾ ਵਾ, ਨਾ ਸਾਡੇ ਕੋਲ ਇੰਨਾ ਟਾਈਮ ਹੁੰਦਾ ਵਾ ਕਿ ਅਸੀਂ ਇਕੱਠੇ ਹੋ ਕੇ ਵੀਡੀਓਜ਼ ਬਣਾ ਸਕੀਏ। ਅਤੇ ਇਹ ਆ ਕਿ ਹਾਂ ਉਹ ਵੀ ਹੁਣ ਆਪਣੀ ਲਾਈਫ ਦੇ ਵਿੱਚ ਬਿਜ਼ੀ ਆ, ਅਤੇ ਆਪਾਂ ਵੀ ਥੋੜ੍ਹਾ ਬਿਜ਼ੀ ਹਾਂ। ਆਪਾਂ ਮਿਲਦੇ ਹਾਂ ਬਾਹਰ, ਮਿਲਦੇ ਮੁਲਦੇ ਹੋਵਾਂਗੇ ਜਾਂ ਮਿਲਦੇ ਵੀ ਹਾਂ, ਆਪਣੇ ਫੋਨ ਫਾਨ 'ਤੇ ਵੀ ਗੱਲ ਹੁੰਦੀ ਹੈ, ਐਡਾ ਕੋਈ ਚੱਲ ਨਹੀਂ ਆ। ਬਸ ਇਹ ਆ ਕਿ ਹਜੇ ਵੀਡੀਓਜ਼ ਅਸੀਂ ਤਾਂ ਨਹੀਂ ਬਣਾਉਂਦੇ, ਪਿੰਦੋ ਵੀ ਉਹ ਵੀ ਬਿਜ਼ੀ ਆ ਆਪਣੇ ਦੇ ਵਿੱਚ, ਉਹ ਵੀ ਇੱਧਰਲੇ ਬੰਨੇ ਨਹੀਂ ਹੁੰਦੇ, ਅਤੇ ਸਾਡੇ ਕੋਲ ਵੀ ਉੱਧਰਲੇ ਬੰਨੇ ਜਾ ਨਹੀਂ ਹੁੰਦਾ, ਇਸ ਕਰਕੇ ਵੀਡੀਓਜ਼ ਨਹੀਂ ਆਉਂਦੀਆਂ ਪਈਆਂ। ਬਾਕੀ ਤੁਸੀਂ ਆਪਣਿਆਂ ਨੂੰ ਮਾਨ ਨਾਲ ਲਿਆ ਕਿ ਲੜਾਈ ਹੋ ਗਈ ਜਾਂ ਕੁਛ ਇੱਦਾਂ 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 ਦੀ ਕੋਈ ਚੱਲ ਨਹੀਂ ਆ, ਹਜੇ ਵੀ ਆਪਾਂ ਮਿਲਦੇ ਹਾਂ ਸਹੀ ਤਰੀਕੇ ਨਾਲ ਮਿਲਦੇ ਹਾਂ। ਆਪਣੇ ਵੈਸੇ ਵੀ ਬਾਬੇ ਦੀ ਕਿਰਪਾ ਵਾ ਕਿ ਹਜੇ ਵੀ ਤੱਕ ਆਪਾਂ ਜਿਨ੍ਹਾਂ ਨੂੰ ਵੀ ਮਿਲੇ ਹਾਂ, ਜਿਨ੍ਹਾਂ ਨਾਲ ਵੀ ਆਪਣੀ ਵਧੀਆ ਬੋਂਡਿੰਗ ਹੋਈ ਆ, ਜਿਹੜੇ ਸਹੀ ਬੰਦੇ ਉਹਨਾਂ ਨਾਲ ਬੋਂਡਿੰਗ ਖਰਾਬ ਨਹੀਂ ਹੋਈ, ਜਿਹੜੇ ਥੋੜ੍ਹੇ ਬਹੁਤੇ ਹੈਗੇ ਸੀ ਨਾ ਉੱਦਾਂ ਉੱਦਾਂ ਦੇ, ਉਹ ਬੰਦੇ ਗਰੁੱਪ 'ਚੋਂ ਕੱਢੇ ਆ ਆਪਾਂ। ਬਾਕੀ ਜਿਹੜੇ ਸਹੀ ਆ, ਜੈਨੂਇਨ ਆ, ਘੈਂਟ ਬੰਦੇ ਆ, ਜਿਹੜੇ ਹੀਰੇ ਆ ਨਾ, ਉਹ ਸਾਰੇ ਆਪਣੇ ਕੋਲ ਹੀ ਆ ਹਜੇ, ਅਤੇ ਆਪਾਂ ਉਹਨਾਂ 'ਚ ਖੁਸ਼ ਹਾਂ। ਇਹ ਬਾਹਰਲੇ ਬੰਦੇ ਨੂੰ ਕਾਹਨੂੰ ਆਪਾਂ ਹੁਣ ਲੈ ਕੇ ਆਉਣਾ। ਅਤੇ ਬਾਕੀ ਲਵਲੀ ਕਹਾਣੀ ਦੀ ਗੱਲ ਆ, ਇੱਦਾਂ ਦੀ ਕੋਈ ਗੱਲ ਨੂੰ ਲੜਾਈ ਲੜੂਈ ਕੋਈ ਨਹੀਂ ਹੋਈ, ਬਸ ਆਪਣਾ ਉੱਦਾਂ ਹੀ ਥੋੜ੍ਹਾ ਜਿਹਾ ਕੀ ਕਰਦਾ ਮੇਲ ਮਿਲਾਪ ਨਹੀਂ ਹੁੰਦਿਆ, ਬਸ ਆਹ ਚੱਕਰ। ਸੋ ਇੱਥੇ ਕਰਦੇ ਹਾਂ ਆਪਾਂ ਵਲੌਗ ਦਾ ਐਂਡ। ਜੇ ਕੋਈ ਇਹਦਾ ਕੋਈ ਕੁਸ਼ਚਨ ਰਹਿੰਦਾ ਹੋਵੇ, ਤੁਸੀਂ ਵੀਡੀਓ ਦੇ ਥੱਲੇ ਹੀ ਮੈਨੂੰ ਕੁਸ਼ਚਨ ਪੁੱਟ ਕਰ ਲਿਓ, ਅਤੇ ਮੈਂ ਡੈਫੀਨੇਟਲੀ ਤੁਹਾਨੂੰ ਉਹ ਰਿਪਲਾਈ 'ਚ ਆਨਸਰ ਦੇ ਦੂੰਗਾ ਉਹਦਾ। ਅਤੇ ਬਸ ਇੱਥੇ ਆਪਾਂ ਕਰਦੇ ਹਾਂ ਵਲੌਗ ਦਾ ਐਂਡ। ਹੋਪ ਤੁਹਾਨੂੰ ਵਧੀਆ ਲੱਗਾ ਹੋਊਗਾ, ਸਾਰਾ ਕੁਛ ਤੁਹਾਨੂੰ ਰਿਵੀਲ ਮੈਂ ਕਰ ਦਿੱਤਾ ਵਾ ਅੱਜ ਟੋਟਲੀ, ਮੇਰੇ ਸਾਹਮਣੇ ਕਿਸੇ ਦਾ ਕੁਸ਼ਚਨ ਨਹੀਂ ਰਹਿੰਦਾ ਹੋਣਾ ਕੋਈ ਹੋਰ। ਅਤੇ ਫਿਰ ਆਪਾਂ ਮਿਲਦੇ ਹਾਂ ਅਗਲੇ ਵਲੌਗ 'ਚ। ਅਤੇ ਇਹ ਵੀ ਦੱਸਿਓ ਅਗਲੇ ਵਲੌਗ ਤੁਸੀਂ ਕੀ ਚਾਹੁੰਦੇ ਹੋ, ਫੂਡ ਵਲੌਗਿੰਗ ਕਰੀਏ ਜਾਂ ਡੇਲੀ ਲਾਈਫ ਬਣਾਈਏ ਜਾਂ ਕੁਛ ਇੱਦਾਂ ਦਾ ਕਰੀਏ, ਇਹ ਵੀ ਤੁਸੀਂ ਥੱਲੇ ਤੁਹਾਨੂੰ ਜ਼ਰੂਰ ਸੁਜੈਸਟ ਕਰਿਓ। ਅਤੇ ਫਿਰ ਮਿਲਦੇ ਹਾਂ ਅਗਲੇ ਵਲੌਗ 'ਚ। ਥੈਂਕ ਯੂ।